ਦੇਖ ਲਓ ਜੀ ਸਾਡੇ ਬੱਚਿਆਂ ਨੂੰ ਦੇ ਰਹੇ ਆ ਜਿਹੜਾ ਖੋਲ ਕੇ ਦੇਖਿਆ ਤਾਂ ਜੀ ਇਹੋ ਜਿਹਾ ਹਾਲ ਸੀਗਾ। ਇਹ ਤਾਂ ਚੰਗਾ ਦਿਓ ਨਾ, ਅਸੀਂ ਆਪਣੇ ਬੱਚਿਆਂ ਨੂੰ ਥੋੜ੍ਹਾ ਖਵਾ ਲਾਂਗੇ ਪਰ ਵਧੀਆ ਤਾਂ ਖਵਾਵਾਂਗੇ ਨਾ। ਡੇਢ ਸਾਲ ਤੋਂ ਇਸ ਤਰ੍ਹਾਂ ਹੀ ਚੱਲ ਰਿਹਾ, ਅਸੀਂ ਆਪਦੇ ਮਤਲਬ ਮਹਿਕਮੇ 'ਚ ਵੀ ਬਹੁਤ ਰੌਲਾ ਪਾਇਆ ਪਰ ਸਾਡੀ ਕੋਈ ਸੁਣਵਾਈ ਨਹੀਂ। ਆਂਗਨਵਾੜੀ ਵਿੱਚ ਬੱਚਿਆਂ ਲਈ ਜਾਂਦਾ ਰਾਸ਼ਨ ਘਟਿਆ ਹੋਣ ਕਰਕੇ ਬੱਚਿਆਂ ਦੇ ਮਾਪਿਆਂ ਨੇ ਪੰਜਾਬ ਦੀ ਆਪ ਸਰਕਾਰ ਤੇ ਸਵਾਲ ਚੁੱਕੇ ਨੇ। ਉਹਨਾਂ ਨੇ ਕਿਹਾ ਕਿ ਜਿਹੜਾ ਰਾਸ਼ਨ ਦੇਣ ਦੀ ਬਜਾਏ ਸਰਕਾਰ ਨੂੰ ਰਾਸ਼ਨ ਬੰਦ ਕਰ ਦੇਣਾ ਚਾਹੀਦਾ ਹੈ। ਮਾਪਿਆਂ ਦਾ ਕਹਿਣਾ ਹੈ ਕਿ ਜਿੰਨੇ ਦਾ ਰਾਸ਼ਨ ਨਹੀਂ ਉਹਨੇ ਦੇ ਰੁਪਈਆਂ ਦੀ ਦਵਾਈ ਉਹਨਾਂ ਨੂੰ ਆਪਣੇ ਬੱਚਿਆਂ ਦੇ ਉੱਤੇ ਲਗਾਉਣੀ ਪੈਂਦੀ ਹੈ। ਆਂਗਨਵਾੜੀ ਮੁਲਾਜ਼ਮ ਵੱਲੋਂ ਵਾਰ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਆਂਗਨਵਾੜੀ ਵਿੱਚ ਨਾ ਖਾਣ ਯੋਗ ਰਾਸ਼ਨ ਸਪਲਾਈ ਹੋ ਰਿਹਾ, ਜਦੋਂ ਕਿ ਅਧਿਕਾਰੀ ਮਾਮਲੇ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਦੇਣ ਦੀ ਗੱਲ ਕਰ ਰਹੇ ਨੇ। ਤਾਂ ਦੱਸ ਦਈਏ ਕਿ ਖਰਾਬ ਰਾਸ਼ਨ ਦੀਆਂ ਤਸਵੀਰਾਂ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਰਾਮਾ ਦੀਆਂ ਹਨ। ਉੱਲੀ ਵਾਲਾ ਇਹ ਰਾਸ਼ਨ ਆਂਗਨਵਾੜੀ ਵਿੱਚ ਆਉਂਦੇ ਗਰੀਬ ਅਤੇ ਛੋਟੇ ਛੋਟੇ ਬੱਚਿਆਂ ਲਈ ਸਪਲਾਈ ਹੋ ਰਿਹਾ। ਖਰਾਬ ਰਾਸ਼ਨ ਦੀ ਸਪਲਾਈ ਦਾ ਇਹ ਮਾਮਲਾ ਕੋਈ ਪਹਿਲਾਂ ਨਹੀਂ ਹੈ, ਇਸ ਤੋਂ ਪਹਿਲਾਂ ਵੀ ਸਬ ਡਿਵੀਜ਼ਨ ਤਲਵੰਡੀ ਸਾਬੋ ਵਿੱਚ ਕਈ ਮਾਮਲੇ ਸਾਹਮਣੇ ਆਏ ਹਨ, ਪਰ ਉਸਦੇ ਬਾਵਜੂਦ ਲਗਾਤਾਰ ਆਂਗਨਵਾੜੀਆਂ ਵਿੱਚ ਘਟੀਆ ਰਾਸ਼ਨ ਦੀ ਸਪਲਾਈ ਹੋ ਰਹੀ ਹੈ, ਜਿਸ ਨੂੰ ਲੈ ਕੇ ਗਰੀਬ ਬੱਚਿਆਂ ਦੇ ਮਾਪਿਆਂ ਨੇ ਆਂਗਨਵਾੜੀ ਵਿੱਚ ਘਟੀਆ ਰਾਸ਼ਨ ਲਿਜਾ ਕੇ ਸਰਕਾਰ ਤੇ ਸਵਾਲ ਚੁੱਕੇ ਨੇ। ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਆਮ ਲੋਕਾਂ ਦੀ ਸਰਕਾਰ ਕਹਾਉਣ ਵਾਲੀ ਪੰਜਾਬ ਸਰਕਾਰ ਬੱਚਿਆਂ ਲਈ ਘਟੀਆ ਅਤੇ ਖਰਾਬ ਰਾਸ਼ਨ ਲਗਾਤਾਰ ਸਪਲਾਈ ਕਰ ਰਹੀ ਹੈ। ਸਰਕਾਰ ਨੂੰ ਚਾਹੀਦਾ ਕਿ ਜੇਕਰ ਉਹ ਬੱਚਿਆਂ ਨੂੰ ਰਾਸ਼ਨ ਨਹੀਂ ਦੇ ਸਕਦੀ ਤਾਂ ਉਹਨਾਂ ਨੂੰ ਇਹ ਸਕੀਮ ਬੰਦ ਕਰ ਦੇਣੀ ਚਾਹੀਦੀ ਹੈ। ਪਰ ਅਜਿਹਾ ਰਾਸ਼ਨ ਨਾ ਭੇਜਿਆ ਜਾਵੇ ਜਿਸ ਦੇ ਵਿੱਚ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਹੁੰਦਾ ਹੋਵੇ। ਮਾਪਿਆਂ ਦਾ ਕਹਿਣਾ ਕਿ ਜਿੰਨੇ ਦੀ ਇਹ ਰਾਸ਼ਨ ਨਹੀਂ ਹੈ ਉਹਨੇ ਦੀ ਦਵਾਈ ਉਹਨਾਂ ਨੂੰ ਆਪਣੇ ਬੱਚਿਆਂ ਦੇ ਉੱਤੇ ਲਗਾਉਣੀ ਪੈਂਦੀ ਹੈ। ਵਧੀਆ ਇਸ ਨਾਲੋਂ ਕਿ ਰਾਸ਼ਨ ਹੀ ਬੰਦ ਕਰ ਦੇਵੇ। ਸਰ ਆਹ ਦੇਖ ਲਓ ਜੀ ਖਾਣਾ, ਦੇਖ ਲਓ ਜੀ ਸਾਡੇ ਬੱਚਿਆਂ ਨੂੰ ਦੇ ਰਹੇ ਆ ਜਿਹੜਾ, ਆਹ ਦੇਖੋ ਜੀ ਇਹੋ ਜਿਹਾ ਖਾਣਾ ਸਾਡੇ ਬੱਚਿਆਂ ਦੇ ਖਾਣ ਲਾਇਕ ਹੈ ਹੀ ਨਹੀਂ ਜਿਹੋ ਜਿਹਾ ਸਰਕਾਰ ਸਾਨੂੰ ਦੇ ਰਹੀ ਹੈ। ਇਸ ਟਾਈਮ ਇਹ ਅਸੀਂ ਬੱਚਿਆਂ ਨੂੰ ਕੋਈ ਵੀ ਦਿੰਦੇ ਹਾਂ, ਚਾਹੇ ਆਹ ਪੰਜੀਰੀ ਵੀ ਖਵਾਉਂਦੇ ਹਾਂ, ਇਹ ਬਿਲਕੁਲ ਜਿਹੜੀ ਨਮਕੀਨ ਪੰਜੀਰੀ ਹੈ ਇਹ ਕੌੜੀ ਬਣਦੀ ਆ, ਜਿਹੜੀ ਮਿੱਠੀ ਪੰਜੀਰੀ ਆ ਉਹ ਵੀ ਜਮ੍ਹਾਂ ਘੁਲ ਜਾਂਦੀ ਆ, ਉਹ ਵੀ ਆਪਾਂ ਜਿਵੇਂ ਆਟੇ ਦੀ ਲੇਪ ਨਹੀਂ ਬਣਾਉਂਦੇ ਕੋਈ ਚੀਜ਼ ਚਿਪਕਾਉਣ ਨੂੰ, ਉਸ ਤਰੀਕੇ ਦੀ ਹੋ ਜਾਂਦੀ ਹੈ। ਅਤੇ ਆਹ ਦੇਖ ਲਓ ਮੁਰਮਰੇ ਇਹ ਬੱਚੇ ਖਵਾਈਏ ਕਿਹੜੇ ਹਿਸਾਬ ਨਾਲ ਬੱਚਿਆਂ ਨੂੰ ਦੇਈਏ। ਕੱਲ੍ਹ ਅਸੀਂ ਜਾ ਕੇ ਮੈਡਮ ਨੇ ਸਾਨੂੰ ਜਦੋਂ ਦਿੱਤਾ ਅਸੀਂ ਜਾਂਦੇ ਸਾਰੇ ਨੂੰ ਖੋਲ੍ਹਿਆ, ਖੋਲ੍ਹ ਕੇ ਦੇਖਿਆ ਤਾਂ ਜੀ ਇਹੋ ਜਿਹਾ ਹਾਲ ਸੀਗਾ। ਫਿਰ ਅਸੀਂ ਮੈਡਮਾਂ ਨੂੰ ਵੀਡੀਓ ਬਣਾ ਕੇ ਭੇਜੀ ਵੀ ਆਹ ਦੇਖੋ ਤੁਸੀਂ ਕਿਹੋ ਜਿਹਾ ਖਾਣਾ ਸਾਨੂੰ ਦੇਈ ਜਾਂਦੇ ਹੋ। ਮੈਡਮ ਜੀ ਗੱਲ ਸੁਣਦੀ ਹੈ ਤਾਂ ਹੀ ਤਾਂ ਮੈਡਮ ਨੇ ਸਾਨੂੰ ਕਿਹਾ ਵੀ ਕਹਿੰਦੇ ਤੁਸੀਂ ਆਪ ਆਓ, ਹੁਣ ਅਸੀਂ ਫਿਰ ਗਾਂਹ ਰਿਪੋਰਟ ਕਰੀ ਜਾਂਦੇ ਹਾਂ ਵੀ ਸਾਡੀ ਕੋਈ ਗੱਲ ਨਹੀਂ ਸੁਣਦੇ ਵੀ ਸਰਕਾਰ ਨੂੰ ਅਸੀਂ ਇਸ ਤਰੀਕੇ ਨਾਲ ਹੀ ਭੇਜ ਸਕਦੇ ਸਰਕਾਰ ਨੂੰ। ਆਮ ਆਦਮੀ ਪਾਰਟੀ ਜਦੋਂ ਕਹਿੰਦੇ ਬਹੁਤ ਵਧੀਆ ਕੰਮ ਕਰ ਰਹੇ ਸੀ, ਆਮ ਲੋਕਾਂ ਦੀ ਸਰਕਾਰ ਹੈ ਬਹੁਤ। ਹਾਂ ਵੇਖੋ ਜੀ ਸਰਕਾਰ ਦੇ ਆਮ ਪਾਰਟੀ ਦੇ ਕੰਮ ਦੇਖ ਲਓ ਜੀ, ਆਹ ਤੁਹਾਡੇ ਮੂਹਰੇ ਹੀ ਹੈ ਜੀ। ਸਰ ਐਕਚੁਅਲੀ ਇਹ ਡੇਢ ਸਾਲ ਤੋਂ ਇਸ ਤਰ੍ਹਾਂ ਹੀ ਚੱਲ ਰਿਹਾ, ਅਸੀਂ ਆਪਦੇ ਮਤਲਬ ਮਹਿਕਮੇ 'ਚ ਵੀ ਬਹੁਤ ਰੌਲਾ ਪਾਇਆ ਪਰ ਸਾਡੀ ਕੋਈ ਸੁਣਵਾਈ ਨਹੀਂ। ਸਰਕਾਰ ਨੂੰ ਵੀ ਅਸੀਂ ਪਿਛਲੇ ਡੇਢ ਸਾਲ ਤੋਂ ਇਸ ਤਰ੍ਹਾਂ ਹੀ ਲੜ ਰਹੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ। ਲਾਭਪਾਤਰੀ ਸਾਨੂੰ ਆ ਕੇ ਕਹਿੰਦੇ ਆ, ਅਸੀਂ ਇਹਨਾਂ ਨੂੰ ਕਿਹਾ ਪਰ ਪਿਛਲੇ ਮਹੀਨੇ ਦੀ ਥੋੜ੍ਹੀ ਜਿਹੀ ਲੰਬੀ ਹੋ ਜੂਗੀ ਮੇਰੀ ਰਿਪੋਰਟ, ਜਦੋਂ ਇਹਨਾਂ ਨੇ ਲੈ ਕੇ ਆਏ ਆ ਪਿਛਲੇ ਮਤਲਬ 24 ਜੁਲਾਈ ਦੀ ਗੱਲ ਆ, ਸਾਨੂੰ ਉੱਥੇ ਬੁਲਾਇਆ ਦਫ਼ਤਰ 'ਚ ਇਹਨਾਂ ਨੇ ਅਤੇ ਇਹਨਾਂ ਦਾ ਕੋਈ ਸਿਸਟਮ ਸੀ, ਕਹਿੰਦੇ ਵੀ ਹੁਣ ਮੈਡਮ ਵੀ ਦੱਸ ਕੇ ਹਟੇ ਆ ਵੀ ਰਿਪੋਰਟ ਲੈਣੀ ਸੀ ਖਾਣੇ ਦੇ ਵਾਸਤੇ ਵੀ ਕੋਈ ਸਹੀ ਹੈ ਜਾਂ ਜੋ ਵੀ ਹੈ, ਅਤੇ ਇਹਨਾਂ ਨੇ ਕੋਈ ਆਪਦਾ ਕੋਈ ਸਿਸਟਮ ਸੀ, ਸਾਨੂੰ ਕਹਿੰਦੇ ਵੀਡੀਓ 'ਚ ਆ ਜਾਓ ਤੁਸੀਂ ਰਿਪੋਰਟ ਸਹੀ ਕਰਵਾਉਣੀ ਆ ਵੀ ਨਾਸ਼ਤੇ ਬਾਰੇ ਵੀ। ਮੈਂ ਕਿਹਾ ਵੀਡੀਓ 'ਚ ਮੈਂ ਨਹੀਂ ਆਉਂਦੀ, ਜਦੋਂ ਨਾਸ਼ਤਾ ਸਹੀ ਨਹੀਂ ਆ ਰਿਹਾ ਲਾਭਪਾਤਰੀ ਸਾਨੂੰ ਆ ਕੇ ਕਹਿੰਦੇ ਆ ਨਾ ਦਲੀਆ ਨਮਕੀਨ ਆ ਉਹਦੇ 'ਚ ਸਾਰਾ ਕੁਛ ਲੂਣ ਮਿਰਚ ਮਸਾਲਾ ਫਰਾਣੇ, ਨਮਕੀਨ ਦਲੀਆ ਬੱਚੇ ਖਾਂਦੇ ਆ ਜੀ, ਖਿਚੜੀ ਖਾਂਦੇ ਆ ਬੱਚੇ ਜੀ, ਦਲੀਆ ਆਪਣਾ ਪੰਜਾਬੀ ਖਾਣਾ ਕੀ ਹੈ ਖੀਰ, ਸੁੱਕਾ ਦੁੱਧ ਪਹਿਲਾਂ ਆਉਂਦਾ ਸੀਗਾ ਸੁੱਕੇ ਦੁੱਧ ਵਾਲਾ ਮਤਲਬ ਦਲੀਆ ਸੀਗਾ ਪੰਜਾਬੀ ਖਾਣਾ, ਇਹ ਆਪਣਾ ਨਾ ਕਿ ਇਹ ਬਿਮਾਰਾਂ ਵਾਲਾ ਖਾਣਾ, ਇਹ ਨਹੀਂ ਆਪਣਾ ਹੈਗਾ ਕੁਛ ਵੀ।
ਤੇ ਸਾਡੀ ਮੇਰੀ ਉੱਥੇ ਧਰ ਕੇ ਸੀ ਡੀ ਪੀ ਓ ਬਲਵਿੰਦਰ ਕੌਰ ਨੇ ਮੇਰੀ ਇੰਨੀ ਸੁਪਰਵਾਈਜ਼ਰ ਬੇਇੱਜ਼ਤੀ ਇੰਨੀ ਕੀਤੀ ਮੇਰੀ, ਮੈਂ 3 ਦਿਨ ਡਿਪਰੈਸ਼ਨ 'ਚ ਰਹੀ ਹਾਂ, ਮੈਂ ਬੀ ਪੀ ਦੀ ਪੇਸ਼ੈਂਟ ਹਾਂ। ਅਤੇ ਉਸ ਉਹਨਾਂ ਨੇ ਕਿਹਾ ਸਾਡੇ ਮਾਮੇ ਦੇ ਪੁੱਤ ਲੱਗਦੇ ਆ, ਸਾਡੇ ਚਾਚੇ ਦੇ ਪੁੱਤ ਲੱਗਦੇ ਆ, ਬਹੁਤ ਨਜਾਇਜ਼। ਅੱਜ ਵੀ ਮੈਂ ਉਸ ਗੱਲ ਨੂੰ ਯਾਦ ਕਰਦੀ ਹਾਂ, ਸੱਚਾ ਬੰਦਾ ਜਿਹੜਾ ਹੁੰਦਾ ਉਹ ਕਦੇ ਕਹਿੰਦੇ ਹੁੰਦੇ ਆ ਦਿਮਾਗ 'ਤੇ ਉਹਦੇ ਘਰ ਕਰ ਜਾਂਦੀ ਹੈ ਗੱਲ। ਹਾਂਜੀ ਬਹੁਤ ਕੁਛ ਬੋਲਦੇ ਆ ਜੀ, ਉੱਲੀ ਲੱਗਿਆ ਗੰਦਾ ਰਾਸ਼ਨ ਆ ਰਿਹਾ ਜੀ। ਆਹ ਤੁਸੀਂ ਤੁਹਾਡੇ ਸਾਹਮਣੇ ਪੈਕਟ ਖੋਲਿਆ, ਆਹ ਦੇਖ ਲਓ, ਇੱਕ ਕੱਲ੍ਹ ਖੋਲਿਆ ਸੀਗਾ, ਇੱਕ ਅੱਜ ਤੁਹਾਡੇ ਸਾਹਮਣੇ ਖੋਲਿਆ, ਇਹ ਦੇਖੋ ਜੀ ਕੀ ਹਾਲ ਆ। ਕੋਈ ਸੁਣਵਾਈ ਨਹੀਂ ਜੀ, ਕੋਈ ਵਾਪਸ ਨਹੀਂ ਭੇਜਦੇ ਇਹ। ਕਹਿੰਦੇ ਆ ਨਾ ਇਹ, ਅਸੀਂ ਕਰ ਦਿੰਦੇ ਹਾਂ, ਅਸੀਂ ਵਾਪਸ ਕਰਦੇ ਹਾਂ, ਕੁਛ ਨਹੀਂ ਭੇਜਦੇ। ਇਹ ਕਹਿੰਦੇ ਆ ਵੀ ਇਸ ਤਰ੍ਹਾਂ ਹੀ ਦੇ ਦਿਓ ਜਿਵੇਂ ਹੈਗਾ। ਹਾਂਜੀ ਬਹੁਤ ਖਿਲਵਾੜ ਹੈ ਜੀ, ਅਸੀਂ ਨਹੀਂ ਜ਼ਹਿਰ ਦੇ ਕੇ, ਜ਼ਹਿਰ ਦੇ ਕੇ ਮਤਲਬ ਬੱਚਿਆਂ ਨੂੰ ਮੈਂ ਨਹੀਂ ਮਾਰਨਾ ਚਾਹੁੰਦੀ। ਮੈਂ ਇੱਕ ਆਂਗਣਵਾੜੀ ਵਰਕਰ ਹਾਂ, ਆਮ ਘਰ ਦੀ ਵਰਕਰ ਹਾਂ, ਮੈਂ ਇਹਨਾਂ ਬੱਚਿਆਂ ਨਾਲ ਜ਼ਿੰਦਗੀ ਨਾਲ ਖਿਲਵਾੜ ਨਹੀਂ ਕਰ ਸਕਦੀ। ਸਰ ਇਹਦੇ ਵਾਸਤੇ ਅਸੀਂ ਜਲੰਧਰੋਂ ਟੈਕਨੀਕਲ ਟੀਮ ਬੁਲਾਈ ਹੈ, ਅਸੀਂ ਦੇਖ ਲਈਏ ਵੀ ਕਿੱਥੇ ਪ੍ਰੋਬਲਮ ਹੈ। ਜਦੋਂ ਉਹ ਅਸੀਂ ਤਾਂ ਇੱਕ ਫੀਲਡ ਦੇ ਮੁਲਾਜ਼ਮ ਹਾਂ, ਜਦੋਂ ਸਾਡੀ ਟੈਕਨੀਕਲ ਟੀਮ ਆ ਕੇ ਦੇਖੂਗੀ ਵੀ ਇਹ ਵਾਕਈ ਪ੍ਰੋਬਲਮ ਹੈ, ਉਦੋਂ ਜੇ ਰਿਪਲੇਸ ਕਰਨ ਵਾਲੀ ਹੋਈ ਤਾਂ ਅਸੀਂ ਰਿਪਲੇਸ ਜ਼ਰੂਰ ਕਰਕੇ। ਦੇਖੀ ਉਹ ਤਾਂ ਕਾਫੀ ਜ਼ਿਆਦਾ ਖਰਾਬ ਦਿੱਤੀ। ਨਹੀਂ ਜੀ ਅਸੀਂ ਸਰ ਕਹਿ ਨਹੀਂ ਸਕਦੇ ਕਿਉਂਕਿ ਇਹਦੇ ਉੱਤੇ ਮਸਾਲੇ ਦੀ ਕੋਟਿੰਗ ਵਗੈਰਾ ਵੀ ਹੁੰਦੀ ਹੈ, ਤਾਂ ਕਰਕੇ ਵੀ ਲੱਗਦਾ ਆਪਾਂ ਨੂੰ ਵੀ ਇਹ ਖਰਾਬ ਹੈ। ਸਮੈਲ ਤਾਂ ਸਰ ਆਈ ਦੀ, ਸਮੈਲ ਤਾਂ ਦੇਖੋ ਸਰ ਸਮੈਲ ਦਾ ਵੀ ਅਸੀਂ ਮਸਾਲੇ ਦੀ ਇੱਕ ਕਾਹਦੀ ਆ ਉਹ ਆ ਕੇ ਪਤਾ ਲੱਗੂਗਾ। ਟੈਕਨੀਕਲ ਟੀਮ ਨੂੰ ਅਸੀਂ ਮੈਸੇਜ ਦੇ ਦਿੱਤਾ, ਉਹ 2 ਘੰਟੇ 'ਚ ਉੱਪਰ ਜੂਗੀ, ਜਿਵੇਂ ਉਹਨਾਂ ਨੇ ਡਿਸੀਜਨ ਲੈਣਾ ਉਹਨਾਂ ਨੇ ਲੈਣਾ, ਅਸੀਂ ਤਾਂ ਰਿਪਲੇਸ ਕਰ ਸਕਦੇ, ਅਸੀਂ ਕਰਦਾ। ਸ਼ਿਕਾਇਤ ਕੀਤੀ ਕਿਸੇ ਨੇ ਵੀ ਖਰਾਬ ਆ ਰਿਹਾ ਰਾਸ਼ਨ? ਨਹੀਂ ਜੀ, ਚੈੱਕ ਕਰਨਾ ਆਇਆ? ਸ਼ਿਕਾਇਤ ਨਹੀਂ, ਸਾਨੂੰ ਕਿਤੋਂ ਵੀ ਕੰਪਲੇਂਟ ਹੁੰਦੀ ਹੈ ਪੂਰੇ ਬਠਿੰਡੇ ਦੇ ਸਟੇਸ਼ਨਾਂ 'ਤੇ ਸਾਡਾ ਮਾਲ ਜਾਂਦਾ ਐਜ਼ ਏ ਡਿਪਾਰਟਮੈਂਟ। ਸਾਨੂੰ ਵਿਜਿਟ ਕੰਪਲੇਂਟ ਤਾਂ ਆਈ ਸੀ ਨਾ ਵੀ ਖਰਾਬ ਆਇਆ ਤੁਹਾਨੂੰ? ਖਰਾਬ ਦੀ ਨਹੀਂ ਕੰਪਲੇਂਟ ਆਈ, ਵੀ ਸਾਨੂੰ ਡਾਊਟ ਹੈ ਖਰਾਬ ਦਾ, ਅਸੀਂ ਦੇਖਣਾ ਆਏ ਹਾਂ, ਉਹੀ ਅਸੀਂ ਦੇਖਣਾ ਹੈ। ਤਾਂਹੀਓ ਸਾਨੂੰ ਵੀ ਨਹੀਂ, ਅਸੀਂ ਐਕਸਪਰਟ ਨਹੀਂ, ਤਾਂਹੀਓ ਅਸੀਂ ਜਲੰਧਰ ਤੋਂ ਬੰਦੇ ਬੁਲਾਏ ਹੈ, ਜਿਹੜੀ ਸਾਡੀ ਟੀਮ ਹੈ ਉਹ ਆ ਕੇ ਦੇਖ ਲੂਗੀ। ਉਹ ਜੇ ਕੋਈ ਕਮੀ ਪੇਸ਼ੀ ਹੋਈ ਅਸੀਂ ਸਾਰੇ ਦਾ ਸਾਰਾ ਰਾਸ਼ਨ ਰਿਪਲੇਸ ਕਰਾਂਗੇ, ਕੋਈ ਐਸੀ ਗੱਲ ਨਹੀਂ। ਥੋੜ੍ਹਾ ਜਿਹਾ ਪਿਛਲੇ ਦਿਨਾਂ 'ਚ ਮੀਂਹ ਪਿਆ, ਉਦੋਂ ਬਾਰਿਸ਼ਾਂ ਕਰਕੇ ਮਾਲ ਅਨਲੋਡ ਹੋਣ ਦੇ ਵਿੱਚ ਜੇ ਕਿਤੇ ਗੱਟਾ ਕੋਈ ਫਟਿਆ ਜੀ, ਉਹਨੂੰ ਪਾਣੀ ਪੂਣੀ ਲੱਗਣ ਕਰਕੇ ਵੀ ਇਹ ਪ੍ਰੋਬਲਮ ਹੋ ਸਕਦੀ ਹੈ, ਕਿਉਂਕਿ ਤੁਹਾਨੂੰ ਵੀ ਪਤਾ ਬਾਰਿਸ਼ 4 ਦਿਨਾਂ 'ਚ ਬਹੁਤ ਜ਼ਿਆਦਾ ਆਈ ਹੈ ਬਠਿੰਡੇ 'ਚ, ਉਹਦੇ ਕਰਕੇ ਵੀ ਹੋਈ ਹੈ ਪ੍ਰੋਬਲਮ। ਸ਼ੁਭ ਨਾਮ ਕੀ ਤੁਹਾਡਾ? ਜਸਵੀਰ ਸਿੰਘ ਹੈ ਜੀ। ਤੁਹਾਡਾ ਕੀ ਹੈ ਤੁਹਾਡਾ? SSO ਬਠਿੰਡਾ। ਠੀਕ ਹੈ, ਠੀਕ ਹੈ ਜੀ।